ਗੁਰਦਾਸਪੁਰ ਹੈ ਜੀ। ਹਾਂਜੀ ਸਰ, ਦੱਸ ਦਿਓ ਅੱਜ ਉਹ ਚਲਾਨ ਕਿੱਥੇ ਜਾ ਰਿਹਾ, ਦੱਸ ਦਿਓ ਸਰ। ਇਹ ਟ੍ਰੈਫਿਕ ਚੈਕਿੰਗ ਅਸੀਂ ਕਰ ਰਹੇ ਹਾਂ, ਜਿਹੜੇ ਵਾਇਓਲੇਸ਼ਨ ਕਰ ਰਹੇ ਆ ਰੂਲਾਂ ਦੀ, ਟ੍ਰੈਫਿਕ ਰੂਲ, ਟ੍ਰੈਫਿਕ ਨਿਯਮਾਂ ਦੀ ਵਾਇਓਲੇਸ਼ਨ ਜਿਹੜੇ ਕਰ ਰਹੇ ਆ ਜਾਂ ਕਿਸੇ ਕੋਲ ਡਾਕੂਮੈਂਟ ਨਹੀਂ ਹੈਗੇ, ਉਹਦੀ ਅਸੀਂ ਅੱਜ ਚੈਕਿੰਗ ਕੀਤੀ ਆ, ਚਲਾਨ ਕਰ ਰਹੇ ਹਾਂ ਜੀ। ਡੇਲੀ ਰੂਟੀਨ 'ਚ ਕਰਦੇ ਹਾਂ, ਅੱਗੇ ਵੀ ਕਰਦੇ ਹਾਂ ਅਸੀਂ। ਸਰ ਹੁਣ ਤੱਕ ਕਿੰਨੇ ਚਲਾਨ ਕੀਤੇ ਗਏ? ਅੱਜ 20 ਕੀਤੇ ਚਲਾਨ ਅਸੀਂ, ਅਤੇ ਬਾਕੀ ਜਿਹੜੇ ਈ ਰਿਕਸ਼ਾ ਹੈਗੇ ਉਹਨਾਂ ਨੂੰ ਅਸੀਂ ਵਾਰਨਿੰਗ ਦਿੱਤੀ ਹੈ ਕਿ ਸ਼ਹਿਰ ਤੋਂ ਬਾਹਰ ਨਹੀਂ ਚੱਲਣਾ, ਮਿਊਂਸਪਲ ਲਿਮਿਟ ਤੋਂ ਬਾਹਰ ਨਹੀਂ ਚੱਲਣਾ। ਹੁਣ ਅੱਗੇ ਤੋਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਕੋਈ ਵੀ ਈ ਰਿਕਸ਼ਾ ਜਿਹੜਾ ਮਿਊਂਸਪਲ ਲਿਮਿਟ ਤੋਂ ਬਾਹਰ ਨਾ ਚੱਲੇ। ਸਰ ਇਹ ਚਲਾਨ ਜੇ ਕਾਨੂੰਨ ਦੀ ਉਲੰਘਣਾ ਕਰਦੇ ਤਾਂ ਚਲਾਨ ਰੈਗੂਲਰ ਚੱਲਦੇ ਰਹਿਣਗੇ? ਰੈਗੂਲਰ ਸਾਡੀ ਟ੍ਰੈਫਿਕ ਚੰਗੀ ਚੱਲਦੀ ਰਹਿੰਦੀ ਹੈ, ਇਹ ਅਲੱਗ ਅਲੱਗ ਜਗ੍ਹਾ 'ਤੇ ਚੱਲਦੀ, ਹਰ ਜਗ੍ਹਾ ਚੱਲਦੀ ਹੈ। ਸਰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਸਾਰੇ ਟਰਾਂਸਪੋਰਟ ਓਪਰੇਟਰ ਜਿੰਨੇ ਵੀ ਹੈਗੇ ਆ, ਚਾਹੇ ਪ੍ਰਾਈਵੇਟ, ਚਾਹੇ ਕਮਰਸ਼ੀਅਲ, ਚਾਹੇ ਨੋਨ ਕਮਰਸ਼ੀਅਲ, ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੇ ਡਾਕੂਮੈਂਟ ਪੂਰੇ ਰੱਖਣ, ਰੈਸ਼ ਡਰਾਈਵਿੰਗ ਨਾ ਕਰਨ। ਕੀ ਨਾਮ ਆਪਣਾ? ਦਵਿੰਦਰ ਕੁਮਾਰ, RTO ਗੁਰਦਾਸਪੁਰ।